ਸੋ ਵੈਲਕਮ ਬੈਕ ਗਾਇਸ, ਕੀ ਹਾਲ ਚਾਲ? ਸਾਡੇ ਫਲੀ ਸਾਰੇ ਵਧੀਆ ਹੋਵੋਗੇ। ਸਿੱਧੂਆਂ ਦੇ ਮੁੰਡੇ ਲਬੌਨ ਸਿੱਧੂ ਐਕਸ ਗੁਲਾਬ ਸਿੱਧੂ ਦੀ ਈਪੀ ਆਈ ਹੈ ਸਿੱਧੂਆਂ ਦੇ ਮੁੰਡੇ, ਠੀਕ ਹੈ। ਉਹਨਾਂ ਦਾ ਸਭ ਤੋਂ ਐਕਚੁਅਲ ਜਿਹਾ ਟਾਈਟਲ ਸੌਂਗ ਹੈ ਜੋ ਮੈਨੂੰ ਬਹੁਤ ਵਧੀਆ ਲੱਗਿਆ, ਤੇ ਅੱਜ ਸੁਣਦੇ ਆ। ਗੱਭਰੂ ਜਮਾਨਾ ਜਾਣੇ ਜੁਰਤਾਂ, ਅੱਖਾਂ ਤੋਂ ਨਸ਼ੀਲੇ ਅਸੀਂ ਚੰਡੇ ਹੋਇਆ ਪੁਰਖਾਂ। ਜੱਟ ਵੱਡਿਆ ਵੀ ਜਾਵੇ ਤਾਂ ਵੀ ਘੱਟਣਾ, ਠੀਕ ਹੈ। ਮੈਂ ਤਾਂ ਸੁੱਖ ਨਾਲ ਪੂਰਾ ਤਨਖਾਹ ਵੀ ਘੱਟਣਾ, ਕਿਆ ਬਾਤ ਹੈ। ਜ਼ਰੂਰ 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 ਕੈਂਟ ਗਾਣਾ, ਕੈਂਟ ਈਪੀ ਜ਼ਰੂਰ ਸਾਰੇ ਜਣੇ ਸਪੋਰਟ ਕਰੋ ਈਪੀ ਨੂੰ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਜਿੱਦਣ ਇਹ ਆਈ ਸੀ ਮੈਂ ਉੱਦਣ ਸੁਣ ਲਈ ਸੀਗੀ, ਬਟ ਥੋੜ੍ਹਾ ਟਾਈਮ ਉੱਪਰ ਥੱਲੇ ਚੱਲ ਰਿਹਾ ਸੀਗਾ, ਬਿਜ਼ੀ ਕਾਹਦੇ ਚੱਲ ਰਿਹਾ ਸੀਗਾ, ਟਾਈਮ ਨਹੀਂ ਮਿਲਦਾ ਸੀ, ਪਰ ਘੈਂਟ ਲੱਗਿਆ ਕੰਮ, ਐਕਚੁਅਲ 'ਚ ਕੰਮ ਬਹੁਤ ਸੋਹਣਾ ਲੱਗਿਆ, ਬਹੁਤ ਪਿਆਰਾ ਲੱਗਿਆ ਮੈਨੂੰ ਈਪੀ ਦਾ। ਸਾਰੀ ਈਪੀ ਬਹੁਤ ਘੈਂਟ ਆ, ਬਟ ਇਹਨਾਂ ਤੋਂ ਇੱਕ ਗਲਤੀ ਹੋਈ ਆ ਸਪੋਟੀਫਾਈ ਦੇ ਉੱਤੇ, ਹਰ ਜਗ੍ਹਾ 'ਤੇ ਇਹਨਾਂ ਨੇ ਟੌਰ ਗਾਣਾ ਨਹੀਂ ਟੌਰ ਨਹੀਂ ਟੌਰ ਹੀ ਆ ਸ਼ਾਇਦ, ਹਾਂ ਟੌਰ ਗਾਣਾ ਅਤੇ ਸਿੱਧੂਆਂ ਦੇ ਮੁੰਡੇ ਗਾਣਾ ਸੇਮ ਆਡੀਓ ਉੱਥੇ ਪਬਲਿਸ਼ ਕਰਤੀ ਆ, ਤੁਸੀਂ ਜਾ ਕੇ ਚੈੱਕ ਵੀ ਕਰ ਸਕਦੇ ਹੋ ਇਹ ਚੀਜ਼। ਅਤੇ ਬਾਕੀ ਸਾਰਾ ਕੁਛ ਘੈਂਟ ਆ, ਫੁੱਲ ਐਲਬਮ ਬਹੁਤ ਸੋਹਣੀ ਲੱਗੀ, ਚਾਰ ਗਾਣੇ ਨੇ, ਜ਼ਰੂਰ ਸਾਰਿਆਂ ਨੇ ਸੁਣੋ, ਹੈ ਨਾ। ਸਤਿ ਸ਼੍ਰੀ ਅਕਾਲ। ਨਵੇਂ ਆਰਟਿਸਟ ਨੂੰ ਪਿਆਰ ਕਰਦੇ ਰਹਿਣਾ ਚਾਹੀਦਾ,